ਪਿੰਡ ਜੇਰਾਵਾਲੀ ਵਿਖੇ ਪਰਲਜ਼ ਕੰਪਨੀ ਦੇ ਨਾਂ ਪਈ ਜ਼ਮੀਨ ਨੂੰ ਲੈ ਕੇ ਆਪੋ ਤਾਪੀ ਕਾਬਜ਼ ਹੋਣ ਅਤੇ ਸਥਿਤੀ ਗੰਭੀਰ ਬਣੀ ਹੋਈ ਹੈ, ਜਿੱਥੇ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਿਸ ਸੰਬੰਧੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਪ੍ਰੀਤੀ ਸਿੰਘ, ਪੁੱਤਰ ਮੰਗਲ ਸਿੰਘ, ਸਾਬਕਾ ਪੰਚਾਇਤ ਮੈਂਬਰ ਗੁਰਚਰਨ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਚੇਰਿਆਂਵਾਲੀ ਵਿਖੇ ਪਰਲਜ਼ ਲਿਮਿਟਡ ਕੰਪਨੀ ਦੀ 116 ਕਿੱਲੇ ਜ਼ਮੀਨ ਹੈ, ਜਿਸ ਵਿੱਚੋਂ 63 ਕਿੱਲੇ ਪਿੰਡ ਚੇਰਿਆਂਵਾਲੀ ਵਿਖੇ ਅਤੇ 53 ਕਿੱਲੇ ਰਕਬਾ ਰਾਏਪੁਰ ਦੇ ਨੇੜੇ ਹੈ। ਇਸ ਨੂੰ ਸੱਤਾਧਾਰੀ ਪਾਰਟੀ ਦੇ ਤਨਾੜ ਲੋਕ ਆਪਣੀ ਮਰਜ਼ੀ ਨਾਲ ਵਾਹ ਵੀ ਰਹੇ ਨੇ। ਉਹਨਾਂ ਦੱਸਿਆ ਕਿ ਪਿੰਡ ਚੇਰਿਆਂਵਾਲੀ ਦੇ 63 ਕਿੱਲੇ ਜ਼ਮੀਨ, 30 ਕਿੱਲੇ ਨਰਮਾ ਅਤੇ 33 ਕਿੱਲੇ ਗਵਾਰਾ ਪਿੰਡ ਚੇਰਿਆਂਵਾਲੀ ਦੇ ਨਛੱਤਰ ਸਿੰਘ, ਗੁਰਜੀਤ ਸਿੰਘ ਅਤੇ ਬਾਜੇਵਾਲੇ ਦੇ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਲੋਕਾਂ ਨੇ ਆਪਣੀ ਮਰਜ਼ੀ ਨਾਲ ਬੀਜ ਰੱਖੀ ਹੈ। ਜਦੋਂ ਇਸ ਜ਼ਮੀਨ ਵਿੱਚ ਕੋਈ ਪਿੰਡ ਚੇਰਿਆਂਵਾਲੀ ਦਾ ਦਲਿਤ, ਗਰੀਬ, ਲੋੜਵੰਦ ਵਿਅਕਤੀ ਜ਼ਮੀਨ ਵੇਚਣ ਲਈ ਜਾਂਦਾ ਹੈ ਤਾਂ ਉਸ ਨੂੰ ਪੁਲਿਸ ਵਿੱਚ ਪਰਚਾ ਦੇਣ ਦੀਆਂ ਧਮਕੀਆਂ ਦੇ ਕੇ ਡਰਵਾਇਆ ਜਾਂਦਾ ਹੈ ਅਤੇ ਉਸ ਵੱਲੋਂ ਕੋਈ ਵੀ ਬੀਜੀ ਫਸਲ ਵਾਹ ਦਿੱਤੀ ਜਾਂਦੀ ਹੈ। ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਪ੍ਰੀਤੀ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ 'ਤੇ ਕਾਬਜ਼ ਵਿਅਕਤੀ ਉਹਨਾਂ ਦੇ ਕਿਸੇ ਵੀ ਸਮੇਂ ਝੂਠਾ ਪਰਚਾ ਦਰਜ ਕਰਵਾ ਸਕਦੇ ਨੇ। ਇਹ ਜ਼ਮੀਨ ਸੰਨ 2005 ਤੋਂ 2007 ਤੱਕ ਨੰਬਰਦਾਰ ਨਛੱਤਰ ਸਿੰਘ ਅਤੇ ਨੰਬਰਦਾਰ ਕਰਮ ਸਿੰਘ, ਪ੍ਰੀਤੀ ਸਿੰਘ ਅਤੇ ਰੋਸਾ ਸਿੰਘ ਦੀ ਮੌਜੂਦਗੀ 'ਚ ਰਜਿਸਟਰੀ 7 ਵਿਅਕਤੀਆਂ ਦੇ ਨਾਮ ਹੋਈ ਹੈ। ਇਸ ਨੂੰ ਉਕਤ ਵਿਅਕਤੀਆਂ ਵੱਲੋਂ ਨਰਮਾ ਅਤੇ ਗਵਾਰਾ ਬੀਜਣ ਦਾ ਕੋਈ ਹੱਕ ਨਹੀਂ। ਉਹਨਾਂ ਕਿਹਾ ਕਿ ਜੇ ਇਹ ਵਿਅਕਤੀ ਇਸ ਜ਼ਮੀਨ 'ਤੇ ਇਸੇ ਤਰ੍ਹਾਂ ਹੀ ਕਾਬਜ਼ ਹੋਣਗੇ ਤਾਂ ਫਿਰ ਪਿੰਡ ਦੇ ਗਰੀਬ ਲੋਕ ਵੀ ਇਸੇ ਤਰ੍ਹਾਂ ਕਾਬਜ਼ ਹੋਣਗੇ। ਜ਼ਮੀਨ ਪਰਲ ਕੰਪਨੀ, ਅਸੀਂ ਗਰੀਬ ਬੰਦੇ ਬਾਹਰ ਰਹੇ ਹਾਂ ਜੀ। ਜੋ ਪੋਲੋਜੀਤ ਹੈ, ਨਛੱਤਰ ਸਿੰਘ ਹੈ, ਇਹ ਸਾਡੇ ਨਾਲ ਧੱਕਾ ਕਰ ਰਹੇ ਹੈ ਜੀ। ਜੋ ਕੋਈ ਗਰੀਬ ਅਸੀਂ ਟਾਈਮ ਪਾਸ ਕਰਦੇ, ਜਿਹੜਾ ਕੋਈ ਸਾਨੂੰ ਮਿਲੂਗਾ ਅਸੀਂ ਕੱਟ ਲਾਂਗੇ। ਕੀ ਧੱਕਾ ਕਰਦੇ ਨੇ? ਧੱਕਾ ਕਰਦੇ ਪੁਲਿਸ ਨੂੰ ਜਗਾਉਣ ਦੇ ਜੀ। ਜਦੋਂ ਕੋਈ ਆਉਂਦਾ ਪੁਲਿਸ ਨੂੰ ਜਗਾਉਣ ਦੇ ਨਾ, ਜੋਰ ਆਈ ਪੁਲਿਸ ਨੂੰ ਜਗਾਉਣ, ਰਾਜ ਦੇ ਧਮਕੀ ਦਿੰਦੇ, ਸਾਡੀ ਪਾਰਟੀ ਦੀ ਧਮਕੀ ਦਿੰਦੇ ਆ। ਇਹ ਜਿਹੜਾ ਨਰਮਾ ਬੀਜਿਆ ਹੈ, ਕਿਹਨੇ ਬੀਜਿਆ ਪਹਿਲਾਂ? ਕੀ ਚੀਜ਼ਾਂ ਬੀਜੀਆਂ ਇੱਥੇ? ਇਸ ਨਰਮਾ ਬੀਜਾਈ, ਗਮਾਰਾ ਬੀਜਿਆ ਕੁਛ, ਬੋਲੋ ਜਿਹਨੇ ਬੀਜਾਈ ਕੁਛ, ਅਸੀਂ ਬੀਜਾਈ ਗਰੀਬਾਂ ਨੇ। ਇਹ ਧੱਕਾ ਕਰ ਰਿਹਾ ਜਿਹੜਾ ਅਸੀਂ ਬੀਜੋ ਵੀ ਛਿਲਾ ਰਹੇ, ਸਾਡੇ ਕੋਲ 3 ਕਿੱਲੇ, ਜਿਹਨੇ ਕੋਲ ਘੱਟੋ ਘੱਟ 65 ਕਿੱਲੇ 64 ਕਿੱਲੇ ਜੀ। ਅੱਛਾ, ਹਾਂਜੀ, ਅਸੀਂ ਧੱਕਾ ਕਰ ਰਹੇ ਗਰੀਬਾਂ ਨਾਲ ਜੀ। ਨਹੀਂ, ਉਹਨਾਂ ਦੇ ਨਾਂ ਹੈ ਜ਼ਮੀਨ ਜਿਹੜੀ? ਨਾ ਨਾ, ਕਿਸੇ ਦੇ ਨਾਂ ਨਹੀਂ ਜੀ। ਅੱਛਾ ਜੀ, ਹੈਗੇ ਤੇ ਜੀ, ਅਸੀਂ ਕੱਲ ਅਸੀਂ ਬਾਜਰਾ ਬੀਜਿਆ ਸੀ ਜੀ, 2 ਕਿੱਲੇ ਸੀ, ਗਰੀਬ ਹੈਗੇ ਆ ਜੀ। ਮਸਾਂ ਇਹਨਾਂ ਦਾ ਆਪਰੇਸ਼ਨ ਹੋਇਆ ਸੀ, 2 ਲੱਖ ਰੁਪਏ ਤੇ ਇਹਦੇ ਉੱਤੇ ਲੱਗ ਗਏ ਅਸੀਂ। ਕਣਕ ਵੇਚ ਕੇ ਅਸੀਂ ਬੀ ਪਾਇਆ ਸੀ ਜੀ, ਉਹ ਰਾਤੇ ਰਾਤ ਚੋਰ ਗੋਸਾ ਤੋਂ ਸਾਗਾ ਮਾਰ ਗਏ ਜੀ ਕੱਲ। ਕੌਣ ਮਾਰ ਗਿਆ ਜੀ? ਇਹ ਨਛੱਤਰ ਕੇ ਮਾਰ ਕੇ ਗਏ ਨੇ ਜੀ। ਕਿੱਥੋਂ ਦਾ ਰਕਬਾ ਇਹ? ਇਹ ਚੇਰਾਂ ਵਾਲੀ ਦਾ ਜੀ। ਜ਼ਮੀਨ ਕਿਹਦੀ ਹੈ? ਪਰਲ ਕੰਪਨੀਆਂ ਦੀ ਜੀ। ਅੱਛਾ ਅੱਛਾ, ਹੁਣ ਕੀ ਚਾਹੁੰਦੇ ਹੋ? ਬੋਲ ਰਿਹਾ ਵੀ ਸਾਨੂੰ ਬੋਣ ਵੀ ਨਹੀਂ ਦਿੰਦੇ, ਕਿਉਂਕਿ ਇਕੱਲੇ ਹੀ ਰੋਕਿਆ ਅਸੀਂ ਤਾਂ ਜੀ। ਵੀ ਲੋਕਾਂ ਨੇ ਇੱਥੇ ਜੱਟਾਂ ਨੇ, ਜ਼ਮੀਂਦਾਰਾਂ ਨੇ ਵੀ 65 ਕਿੱਲੇ ਰੋਕ ਰੱਖੇ ਨੇ ਲੋਕਾਂ ਨੇ ਜੀ ਵਿੱਚ ਜੀ, ਵੀ ਸਾਨੂੰ ਇੱਕ ਇੱਕ ਕਿੱਲਾ ਵੀ ਨਹੀਂ ਦਿੰਦੇ ਜੀ। ਤੁਸੀਂ ਕੀ ਚਾਹੁੰਦੇ ਹੁਣ? ਅਸੀਂ ਐਂ ਚਾਹੁੰਦੇ ਵੀ ਸਾਨੂੰ ਜਦ ਵੀ ਗਰੀਬਾਂ ਨੂੰ ਬੋਣ ਦੇ ਦਿਓ, ਵੀ ਜਾਂ ਫਿਰ ਇਹਦੀ ਬੰਦੀ ਕਰਵਾ ਦਿਓ। ਮੈਂ ਪ੍ਰਿਥੀ ਸਿੰਘ, ਸਾਬਕਾ ਮੈਂਬਰ ਪਿੰਡ ਚੇਰਿਆਂਵਾਲੀ ਜੀ। ਜਿਹੜੀ ਪਰਲ ਕੰਪਨੀ ਸਾਡੇ ਜ਼ਮੀਨ ਹੈ ਜੀ, ਇਹ ਹਤੈਸ਼ੀ ਬੰਦੇ ਵਾਹ ਰਹੇ ਹੈ, ਜੋ ਕਿ ਸੁਪਰੀਮ ਕੋਰਟ ਵੱਲੋਂ ਇਹਦੀ ਬੰਦੀ ਹੈ। ਕੋਈ ਵਾਹ ਬੀਜ ਨਹੀਂ ਸਕਦਾ, ਹੋਰਾਂ ਪਿੰਡਾਂ ਵਿੱਚ ਵੀ ਬੰਦ ਹੈ, ਪਰ ਸਰਕਾਰ ਦੇ ਹਤੈਸ਼ੀ ਬੰਦੇ ਇਸ ਨੂੰ ਵਾਹ ਰਹੇ। ਜਦੋਂ ਕੋਈ ਗਰੀਬ ਜਨਤਾ ਜਾਂ ਗਰੀਬ ਬੰਦਾ ਵਾਹੁੰਦਾ ਹੈ ਤਾਂ ਉਹਨਾਂ 'ਤੇ ਪਰਚੇ ਕਰਨ ਦੀ ਧਮਕੀ ਦਿੰਦੇ ਆ। ਮੈਂ ਗਰੀਬ ਜਨਤਾ ਦੇ ਨਾਲ ਖੜਾਂਗਾ, ਮੇਰੇ 'ਤੇ ਪਰਚਾ ਪਹਿਲਾਂ ਕਰਵਾ ਚੁੱਕੇ ਆ, ਇੱਕ ਦੂਜਾ ਪਰਚਾ ਹੁਣ ਕਰਵਾ ਰਹੇ ਆ। ਕਿਸੇ ਲੁੱਟ ਨਸ਼ਾ ਧਰ ਕੇ ਸਿਆਸਤਾਂ ਖੇਡ ਰਹੇ ਆ, ਮੌਕੇ ਦੇ ਕਾਂਗਰਸੀ ਲੀਡਰ ਦਾ ਕਾਰਨ ਧਮਕੀਆਂ ਦਿੰਦੇ ਆ। ਅਤੇ ਇਹਦਾ ਕੋਈ ਪ੍ਰਸ਼ਾਸਨ ਹੱਲ ਕਰੇ, ਜਾਂ ਤਾਂ ਬੰਦੀ ਕਰੇ, ਸਾਰਿਆਂ ਨੂੰ ਕੱਢੇ, ਅਤੇ ਨਹੀਂ ਫਿਰ ਗਰੀਬ ਜਨਤਾ ਇਹਦੇ ਵਿੱਚ ਰਹੇ ਅਤੇ ਗਰੀਬ ਜਨਤਾ ਵਾਹੇ। ਕਿੰਨੀ ਜ਼ਮੀਨ ਹੈ ਜੀ ਇੱਥੇ? ਜ਼ਮੀਨ 63 ਕਿੱਲੇ ਤਾਂ ਜੀ ਚੇਰਿਆਂਵਾਲੀ ਦਾ ਰਕਬਾ ਗਿਆ, 53 ਕਿੱਲੇ ਰਾਏਪੁਰ ਦਾ ਰਕਬਾ ਗਿਆ। ਹੁਣ ਇੱਥੇ ਕੀ ਬੀਜਿਆ ਹੋਇਆ? ਹੁਣ ਇੱਥੇ ਬੀਜਿਆ ਹੋਇਆ ਨਰਮਾ ਅਤੇ ਗੁਮਾਰਾ ਬੀਜਿਆ ਹੋਇਆ ਜੀ। ਉਹ ਕਿਹਨੇ ਬੀਜਿਆ? ਉਹ ਕੁਛ ਤਾਂ ਗਰੀਬ ਜਨਤਾ ਨੇ ਕਬਜ਼ਾ ਕੀਤਾ ਬੀਜੇ 'ਤੇ ਜੀ, ਬਾਕੀ ਉਹਨਾਂ ਬੰਦਿਆਂ ਨੇ ਬੀਜਿਆ, ਨਛੱਤਰ ਸਿੰਘ, ਗੁਰਜੀਤ ਸਿੰਘ, ਪੋਲੋਜੀਤ ਸਿੰਘ ਬਾਜੇਵਾਲਾ ਮੌਜੂਦਾ ਸਰਪੰਚ, ਅਤੇ ਆਪਣਾ ਜੀ ਇੱਕ ਬਿੰਦਰਜੀਤ ਸਿੰਘ, ਇਹਨਾਂ ਬੰਦਿਆਂ ਨੇ ਬੀਜਿਆ ਹੋਇਆ ਜੀ। ਕਿਸ ਰਿਗਾਰਡਿੰਗ ਉਹਨਾਂ ਨੇ ਬੀਜਿਆ? ਕਿਸ ਤੋਂ ਮਨਜ਼ੂਰੀ ਲੈ ਕੇ ਬੀਜਿਆ? ਕੋਈ ਕਿਸੇ ਤੋਂ ਮਨਜ਼ੂਰੀ ਨਹੀਂ, ਉਹ ਤਾਂ ਜੀ ਧੱਕੇ ਨਾਲ ਬੀਜਦਾ। ਉਹ ਤਾਂ ਕਹਿੰਦੇ ਵੀ ਜਿਹਦੀਆਂ ਲੱਤਾਂ 'ਚ ਜ਼ੋਰ ਹੋਇਆ ਆ ਜਾਓ, ਅਸੀਂ ਬੀਜਾਂਗੇ। ਉਸ ਚੀਜ਼ 'ਤੇ ਮੇਰੇ 'ਤੇ ਗੁਰਜੀਤ ਸਿੰਘ, ਨਛੱਤਰ ਸਿੰਘ ਇਹ ਪਰਚਾ ਵੀ ਕਰਵਾਉਂਦੇ, ਧਮਕੀਆਂ ਦੇ ਰਹੇ ਆ।
ਇਹ ਜਿਹੜੀ ਪਰਲ ਕੰਪਨੀ ਹੈ ਉਹਨਾਂ ਦੀ ਜ਼ਮੀਨ ਹੈ ਅਤੇ ਇਹਦਾ ਮਾਲਕ ਕੌਣ ਹੈ ਪਰਲ ਕੰਪਨੀ ਦਾ? ਇਹ 7 ਬੰਦਿਆਂ ਦੇ ਨਾਂ ਜ਼ਮੀਨ ਹੈ ਜੀ। ਅੱਛਾ ਜੀ। ਕੰਪਨੀ ਨਾਲ ਅਟੈਚ ਬੰਦੇ ਹੈ, ਉਹ ਕੋਈ ਬੰਦਾ ਆ ਜਾ ਨਹੀਂ ਰਿਹਾ। ਫਤਿਹਗੜ੍ਹ ਸਾਹਿਬ ਦੇ ਅਤੇ ਰੂਪਨਗਰ ਦੇ ਬੰਦੇ ਹੈ ਜੀ, ਉਹ ਇਹ ਜ਼ਿਲ੍ਹਿਆਂ ਨੂੰ ਬਿਲੋਂਗ ਕਰਦੇ ਹੈ, ਇੱਥੋਂ ਦੇ ਬੰਦੇ ਹੈ ਜੀ। ਤੁਸੀਂ ਇਸ ਜ਼ਮੀਨ ਦੀ ਕਿਵੇਂ ਅਗਵਾਈ ਕਰਦੇ ਹੋ? ਅਸੀਂ ਇਸ ਜ਼ਮੀਨ ਦੇ ਉਸ ਵਕਤ ਅਸੀਂ ਦਵਾਈ ਸੀ, ਸੌਦੇ ਕਰਵਾਏ ਸੀ, ਬਕਾਇਦਾ ਰਜਿਸਟਰੀਆਂ 'ਤੇ ਮੇਰੀ ਫੋਟੋ ਲੱਗੀ ਹੋਈ ਹੈ, ਮੇਰੀ ਹਾਜ਼ਰੀ ਹੈ ਜੀ, ਮੇਰੇ ਸਾਈਨ ਆ ਰਜਿਸਟਰੀਆਂ 'ਤੇ। ਉਹ ਬੰਦਿਆਂ ਦਾ ਐਡਰੈਸ ਮੇਰੇ ਕੋਲ ਜਿੱਥੋਂ ਜਿੱਥੋਂ ਦੇ ਵੀ ਹੈਗੇ ਆ। ਹੁਣ ਆਪਾਂ ਕੀ ਚਾਹੁੰਦੇ ਹਾਂ, ਮਤਲਬ ਕੀ ਚਾਹੁੰਦੇ? ਤਾਂ ਇਹੀ ਹੈ ਜੀ, ਜਾਂ ਤਾਂ ਗਰੀਬ ਜਨਤਾ ਜੇ ਬਹੁੰਦੇ ਤਾਂ ਗਰੀਬ ਜਨਤਾ ਬਾਹ ਲਏ, ਅਤੇ ਨਹੀਂ ਫਿਰ ਪ੍ਰਸ਼ਾਸਨ ਇਹਦਾ ਹੱਲ ਕਰੇ, ਇਹਦੀ ਬੰਦੀ ਕਰੇ ਜਦੋਂ ਸੁਪਰੀਮ ਕੋਰਟ ਵੱਲੋਂ ਬੰਦੀ ਹੈ। ਕਿਉਂ ਵਾਹੀ ਜਾਂਦੇ? ਦੂਸਰੇ ਪਿੰਡਾਂ ਦੇ ਵਿੱਚ ਵੀ ਜ਼ਮੀਨ ਹੈਗੀ ਹੈ ਜੀ, ਉੱਥੇ ਵੀ ਬੰਦੀ ਹੈ, ਕੋਈ ਵਾਹ ਬੀਜ ਨਹੀਂ ਸਕਦਾ, ਇੱਥੇ ਕਿਉਂ ਬਹੁੰਦੇ ਬੀਜਦੇ ਆ? ਹੁਣ ਇਹਦੀ ਕੋਈ ਦਿੱਕਤ ਆਉਂਦੀ ਹੈ ਬਹੁਣ ਬੀਜਣ 'ਚ? ਦਿੱਕਤ ਆਉਂਦੀ ਹੈ ਜੀ, ਦਿੱਕਤ ਇੱਥੇ ਕਤਲ ਵੀ ਹੋ ਸਕਦਾ ਜੀ, ਰੋਜ਼ ਲੜਾਈਆਂ ਹੁੰਦੀਆਂ। ਉਹ ਦਰਖਾਸਤ ਦੇ ਦਿੰਦੇ ਆ ਸਰਕਾਰ ਦੇ ਸਤੈਸ਼ੀ ਬੰਦੇ ਨਾ, ਗਰੀਬ ਬੰਦਿਆਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਫਿਰ ਛੱਡ ਦਿੰਦੀ ਹੈ ਪੁਲਿਸ, ਮਜਬੂਰ ਪੁਲਿਸ ਹੋਈ ਪਈ ਹੈ ਜੀ, ਜਿੱਥੋਂ ਜਦੋਂ ਦਾਅ ਪੈਂਦੀ ਹੈ ਪੁਲਿਸ 'ਤੇ, ਪੁਲਿਸ ਕੀ ਕਰੇ? ਤੁਹਾਡਾ ਹੋਰ ਕੀ ਕਹਿਣਾ ਇਹਦੇ ਵਿੱਚ? ਬਸ ਸਾਡਾ ਤਾਂ ਇਹੀ ਕਹਿਣਾ ਜੀ, ਬਸ ਇੱਕ ਇਹ ਬੰਦਿਆਂ ਤੋਂ ਸਾਨੂੰ ਖਤਰਾ ਪਰਚਾ ਕਰਾਉਣ ਨੂੰ ਫਿਰਦੇ ਆ, ਅਤੇ ਬਾਕੀ ਜ਼ਮੀਨ ਦੀ ਜਾਂ ਬੰਦੀ ਹੋ ਜਾਏ ਜਾਂ ਇਹ ਵਾਹੁਣ, ਬਸ ਪ੍ਰਸ਼ਾਸਨ ਇਹਦਾ ਹੱਲ ਕਰਕੇ ਦੇਵੇ ਸਾਨੂੰ। ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ।